ਇੱਥੋਂ ਮਿਲ ਜਾਂਦੀ ਜੀ ਟਿਕਟ। ਟਿਕਟ ਲੈਣ ਤੋਂ ਬਾਅਦ ਇਹ ਬਾਈ ਬੈਠਾ, ਇਹ ਲਾ ਦਿੰਦਾ ਮੋਹਰ ਓਕੇ ਦੀ। ਓਕੇ ਕਰਨ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਪੱਗ ਦੇ ਨਾਲ ਨਾਲ ਸਰਦਾਰ ਜੀ ਦੀ ਰਿਸਪੈਕਟ ਵੀ ਹੁੰਦੀ ਹੈ, ਪੱਗ ਕਰਕੇ ਹੀ ਇਹਨਾਂ ਨੇ ਮੈਨੂੰ ਕਿਹਾ। ਸਰਦਾਰ ਜੀ ਸਤਿ ਸ਼੍ਰੀ ਅਕਾਲ। ਅੱਜ ਯਾਰ ਮੈਂ ਸੂਟ ਕਸੂਤਾ ਜਿਹਾ ਪਾ ਲਿਆ, ਗਰਮੀ ਬਹੁਤ ਲੱਗਦੀ ਹੈ ਅਤੇ ਸਮੋਕਿੰਗ ਇੱਥੇ ਨੋਟ ਅਲਾਊਡ ਅਤੇ 2 number 4.563 ਇੱਦਾਂ ਪੁਆਇੰਟ ਬਣਾਏ, ਪਰ ਰਸਤਾ ਇੱਧਰ ਨੂੰ ਆ, ਇੱਧਰ ਨੂੰ ਚੱਲਦੇ ਹਾਂ, ਦੇਖੀਓ ਕਿੱਧਰ ਨੂੰ ਜਾ ਹੁੰਦਾ। ਇਹਦੇ ਵਿੱਚ ਕਿਲੇ ਦੇ ਵਿੱਚ ਨਾ ਕੋਈ ਵੀ ਸਮੈਂਟ ਚੂਨੇ ਦਾ ਇਸਤੇਮਾਲ ਨਹੀਂ ਕਰਿਆ ਹੈ, ਲੋਕ ਸਿਸਟਮ ਨਾਲ ਬਣਿਆ ਹੋਇਆ ਸਾਰਾ ਹੀ। ਦੇਖੋ ਪਿੱਲਰ ਵੀ ਇਹ, ਕੋਈ ਇਹਨਾਂ ਦੇ ਵਿੱਚ ਸਮੈਂਟ ਦੀ ਵਰਤੋਂ ਨਹੀਂ ਹੋਈ ਸੀ, ਇੱਦਾਂ ਹੀ ਕਿਤੇ ਲੋਕ ਲੁੱਕ ਇਹਨਾਂ ਦੇ ਫਸਾ ਕੇ ਖੜ੍ਹੇ ਕਰੇ ਹੋਏ ਨੇ ਇਹ। ਉੱਪਰ ਜਾਣ ਨੂੰ ਬੰਦ ਕੀਤਾ ਹੋਇਆ, ਉੱਪਰ ਜਾਣਾ ਦੀ ਯਾਰ, ਉੱਪਰ ਨੂੰ ਮੈਨੂੰ ਲੱਗਦਾ ਕੁੰਡਾ ਲਾਇਆ ਹੈ ਇਹਨਾਂ ਨੇ, ਬੰਦ ਆ ਸੈਕਸ਼ਨ ਏਰੀਆ ਡੂਰੋ ਟੂ ਐਂਟਰ, ਉੱਪਰ ਅਲਾਊਡ ਨਹੀਂ ਜਾਣਾ। ਅਤੇ ਚਲੋ ਫਿਰ ਇੱਥੇ ਕੀ ਹੈ, ਫਿਰ ਇਹ ਤੁਹਾਡੀ ਆਈ ਨਹੀਂ ਆ, 200 ਰੁਪਏ ਦੀ ਟਿਕਟ ਲੱਗਦੀ ਹੈ, ਮੇਰੀ ਤਾਂ 100 ਰੁਪਏ ਲੱਗੀ ਹੈ, ਕਿਉਂਕਿ ਆਪਣੀ ਚੱਲਦੀ ਹੈ ਥੋੜ੍ਹੀ ਸਿੱਧੀ ਗੱਲਬਾਤ। ਚਲੋ ਆ ਬੱਲੇ ਗੰਨ ਪਈ ਹੈ ਬਾਈ, ਕਈ ਨਕਲਾਂ ਆਉਂਦੀਆਂ ਯਾਰ, ਰਾਊਂਡ ਕਿੱਥੇ ਪੈਂਦੇ ਇਹਦੇ ਘੁੰਮਾਉਣ, ਆਹ ਚੱਕ ਕੇ ਉੱਪਰ ਨੂੰ ਇਹਦੇ ਵਿੱਚੇ ਪਾ ਜਾਂਦਾ ਹੁਣ। ਖੈਰ ਚਲੋ ਹੁਣ ਕਿਹੜਾ ਆਪਾਂ ਚਲਾਉਣੀ ਹੈ, ਬਰਸ਼ੇ ਨੇਗੇ ਮੇਰੇ ਪਿੱਛੇ ਇੱਕ ਵਿੰਡੋ ਹੈ, ਇਹਦੇ ਵਿੱਚ ਇੰਨੀ ਠੰਡੀ ਹਵਾ ਆਉਂਦੀ ਹੈ ਜਿਵੇਂ ਏ ਸੀ ਲੱਗਿਆ ਹੁੰਦਾ, ਪੂਰੀ ਠੰਡੀ ਚੱਲਦਾ ਹਵਾ, ਸਾਰੀ ਗਰਮੀ ਲੈ ਗਈ ਮੇਰੀ, ਸਾਰਾ ਮਹਿਲ ਮੂਲ ਘੁੰਮਦੇ ਘੁੰਮਦੇ ਨੂੰ ਗਰਮੀ ਆ ਗਈ ਸੀ, ਪੂਰੇ ਮੈਂ ਬਹਿ ਗਿਆ 2 ਮਿੰਟ। ਆਹ ਦੇਖੋ ਕਿਵੇਂ ਫੰਗ ਹਿਲਦਾ, ਫਰਨ ਫਰਨ ਹਵਾ ਠੰਡੀ ਆਉਂਦੀ ਹੈ ਪੂਰੀ, ਮਤਲਬ ਇਹ ਨੈਚੁਰਲ ਕੂਲਰ ਏ ਸੀ ਲਾ ਲਓ ਇਹਨੂੰ। ਅਤੇ ਹੁਣ ਤੁਹਾਨੂੰ ਆਪਾਂ ਹਥਿਆਰ ਦਿਖਾਉਂਦੇ ਹਾਂ, ਮਿਊਜ਼ੀਅਮ ਦੇਖੋ, ਕਿਰਪਾਨਾਂ ਪੁਰਾਣੀਆਂ ਦੇਖੋ, ਤਲਵਾਰਾਂ, ਕੁਛ ਨੰਬਰ ਵਗੈਰਾ ਲੱਗੇ ਜ਼ਰੂਰ ਹੋਏ ਨੇ ਇਹਨਾਂ ਦੇ। ਚਾਂਦੀ ਦੀ ਕੁਰਸੀ ਵੀ ਪਈ ਹੈ ਬੱਲੇ ਬੱਲੇ ਬੱਲੇ, ਉਹ ਵੀ ਦਿਖਾਉਣਾ ਤੁਹਾਨੂੰ। ਸਾਰੇ ਹੀ ਰਫਲਾਂ ਦੇ ਅੱਗੇ ਲੱਗਣ ਲੱਗਣ ਵਾਲੇ ਛੁਰੇ ਨੇ, ਅਤੇ ਪੁਰਾਣੀਆਂ ਚੀਜ਼ਾਂ ਨੇ ਸਾਰੀਆਂ, 50 ਰਫਲਾਂ ਕਿੱਡੀਆਂ ਕਿੱਡੀਆਂ ਹੁੰਦੀਆਂ ਸੀ। ਹਾਂਜੀ ਉਸਤਾਦ ਜੀ ਬੋਲੀਏ। ਇਸਕੇ ਅੰਦਰ 30 ਰੂਮ ਆਪਕੋ ਸਮਝਾਉਂਗਾ, 100 ਰੁਪਏ ਮੇਰੇ ਕੋ ਦੇ ਦੇਣਾ। ਮੈਂ ਤਾਂ ਅਭੀ ਜਾ ਰਹਾ ਹੂੰ ਡੈਜ਼ਰਟ, ਇੱਕ ਚੀਜ਼ ਬਤਾਓ ਮੇਰੇ ਕੋ ਉਸਤਾਦ, ਵੋ ਜੋ ਉਹ ਮਿਲੇਗਾ ਅੰਗਲ, ਅੰਗਲ ਤੋ ਮਿਲ ਜਾਏਗਾ। ਹਾਂ ਤੋ ਇੱਕ 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 200 ਰੁਪਏ 10 ਗ੍ਰਾਮ। ਹਾਂ ਮਿਲ ਜਾਏਗਾ, ਤੋ ਫੋਨ ਨੰਬਰ ਦੇ ਦਿਓ ਮੇਰੇ ਕੋ, ਤਾਂ ਪੇ ਮਿਲੇਗਾ। ਜਾਂਦੀ ਦੀਆਂ ਡੱਬੀਆਂ ਚ ਰੱਖਦੇ ਆ, ਆਹ ਵਾਲੀ ਦੇਖੋ ਆਹ ਆਈਟਮ ਸੀ ਜਿਹਦੇ ਵਿੱਚ ਫੀਮ ਰੱਖੀ ਜਾਂਦੀ, ਤੇ ਇਹ ਲੱਗੀ ਹੋਈ ਹੈ ਜੀ ਰਾਜੇ ਦੀ ਕੁਰਸੀ। ਕਿਆ ਬਾਤ ਹੈ, ਚਾਂਦੀ ਦੀ ਕੁਰਸੀ, ਚਾਂਦੀ ਦੀਆਂ ਕੁਰਸੀਆਂ, ਚਾਂਦੀ ਦਾ ਟੇਬਲ, ਅਤੇ ਛੱਤ ਫਟਿਆਂ ਦੀ ਕੈਮਰਾ ਲੱਗਿਆ, ਅਤੇ ਆਹ ਵਾਲੀ ਹਵਾ ਹੁੰਦੀ ਹੈ ਇੱਥੋਂ, ਸਿੱਧੀ ਵਿੰਡੋ, ਜਿਹੜਾ ਵੀ ਐਂਟਰ ਕਰਦਾ ਵੀ ਸਾਹਮਣੇ ਰਾਜਨ ਦਿਖਦਾ ਵੀ ਉੱਧਰੋਂ ਕੌਣ ਆ ਰਿਹਾ, ਸਹੀ ਹੈਗੇ ਆ ਫਾਇਰ ਕਰਨ, ਜੇ ਕੋਈ ਬੰਦਾ ਗਲਤ ਫਲਤ ਆ ਜਾਵੇ। ਅਤੇ ਇਹ ਵਾਲੇ ਸੀਗੇ ਦਰਵਾਜ਼ੇ, ਹੁਣ ਰਾਜੇ ਮਹਾਰਾਜੇ ਇੱਥੇ ਰਹਿੰਦੇ ਸੀ ਪਹਿਲਾਂ, ਹੁਣ ਇੱਥੇ ਰਹਿੰਦੇ ਨਹੀਂ, ਹੁਣ ਦੂਜੇ ਪਾਸੇ ਉਹਨਾਂ ਨੇ ਵਧੀਆ ਹਵੇਲੀ ਬਣਾ ਲਈ, ਅਤੇ ਉੱਥੇ ਜਾਣਾ ਪਤਾ ਨਹੀਂ ਲੋੜ ਹੈਗਾ ਨਹੀਂ। ਅਤੇ ਉਹਨਾਂ ਨੇ ਇੱਕ ਹੋਟਲ ਵੀ ਬਣਾਇਆ ਬਾਹਰ ਸ਼ਹਿਰ ਤੋਂ ਬਾਹਰ ਬਾਹਰ, ਸੋਰੀ
तो आप ये पूरा काम देखो, ड्राई काम क्या है, ये तलवार है देखते हो, इसको बोलते हैं गुप्ती, जो बड़े बुजुर्ग लोग होते हैं वो छड़ी में यूज करते हैं पकड़ने के लिए, तो उसमें एक तलवार होती है तो उसको बोलते हैं गुप्ती, कोई भी उन पर अटैक कर ले तो किसी सामने वाले को आदमी को ध्यान ना हो, उसे बोलते हैं गुप्त हथियार, आगे आओ। बड़ी हिस्ट्री है इतने, थोड़े ठंडे सुभा ना देखने वाले काम ने, मूर्तियां घड़िया कारीगर ने सारा चित्र करा जड़ी बिच रानियां महारानियां। मेलन नूं ना लाया होया बिच लोहे दे ਤਾਂ ਕਿ ਪੱਥਰ ਵਿੱਚ ਹੁੰਦੇ ਨੇ ਪੱਕੇ ਕੰਮ ਕਰੇ ਹੋਏ। ਆਹ ਦੇਖੋ ਕਲੰਬਾ ਦੇਖੋ ਇਹ ਬਾਹਰ ਚਾਂਦੀ ਦੀ ਕੌਲੀ ਦੇ ਵਿੱਚ ਖਾਣ ਦਾ ਮਤਲਬ ਕੀ ਸੀ ਇਹ ਦੱਸਿਓ, ਤੇ ਇੱਕ ਮਿੰਜੇ ਦੇ ਪਾਵੇ ਇੰਨੇ ਛੋਟੇ ਕਾਹਦੇ ਆ ਇਹ ਵੀ ਦੱਸਿਓ। ਮੋਗਰੀਆਂ ਰੱਖੀਆਂ ਹੋਈਆਂ, ਐਕਸਰਸਾਈਜ਼ ਕਰੀ ਜਾਂਦੇ ਤੇ ਅੰਦਰ ਨਾਲੇ ਆਲਾ ਦੁਆਲਾ ਦੇਖੀ ਜਾਂਦੇ ਤੇ ਸਾਰਾ ਆਲਾ ਦੁਆਲਾ ਖੁੱਲ੍ਹਾ ਪਿਆ, ਹਵਾ ਆਈ ਜਾਂਦੀ ਤੇ ਅੰਦਰ, ਅਤੇ ਚੱਲਦੇ ਹੁਣ ਬਾਹਰ। ਰਾਜਸਥਾਨੀ ਡਰੈਸ ਟ੍ਰੈਡੀਸ਼ਨਲ ਦੇਖੋ ਕਿੰਨਾ ਸੋਹਣਾ ਵਿਊ ਇੱਥੋਂ। ਅਤੇ ਹੁਣ ਇਹ ਜਿਹੜਾ ਸਾਰਾ ਹੀ ਕਿਲ੍ਹਾ ਹੈ ਇੱਥੇ ਟੂਰਿਸਟ ਪਲੇਸ ਕਰਕੇ ਇਹਨੂੰ ਸਾਰੇ ਨੂੰ ਹੋਟਲਾਂ 'ਚ ਕਨਵਰਟ ਕਰਤਾ, ਅਤੇ ਬਾਹਰ ਵੀ ਹੈਗੇ ਆ। ਉਹ ਸਾਹਮਣੇ ਆਹ ਵਾਲਾ ਗੇਟ ਹੈ, ਇਹ ਮੇਨ ਗੇਟ, ਇੱਥੋਂ ਆਪਾਂ ਐਂਟਰੀ ਕਰਦੇ ਹਾਂ। ਜੇ ਦੁਸ਼ਮਣ ਇਹ ਗੇਟ ਤੋਂ ਐਂਟਰ ਕਰੂਗਾ ਤਾਂ ਉੱਪਰੋਂ ਸਿੱਧਾ ਹਮਲਾ ਥੱਲੇ ਤੱਕ ਹੁੰਦਾ ਹੈ, ਆ ਸਕਦਾ। ਪਰ ਹੁਣ ਆਪਾਂ ਘੁੰਮਦੇ ਹਾਂ, ਹੁਣ ਇੱਥੇ ਰਾਣੀ ਦੀ ਹੈਗੀ ਤਾਂ ਕਰਕੇ, ਅਤੇ ਦੇਖੋ ਠੀਕ ਹੈ। ਸੋ ਸੋ ਰਾਜੇ ਮਹਾਰਾਜੇ ਕਿਹੜਾ ਕੋਈ ਅਲੱਗ ਦੁਨੀਆ 'ਤੇ, ਇਹ ਤਾਂ ਘਰ ਹੈਗਾ, ਪਰ ਉੱਦਾਂ ਡਿਜ਼ਾਇਨਿੰਗ ਵਗੈਰਾ, ਬੈਠਣ ਨੂੰ ਪ੍ਰਾਈਵੇਸੀ, ਸਾਰਾ ਸਿਸਟਮ ਵਧੀਆ। ਹੁਣ ਆਪਾਂ ਐਗਜਿਟ ਕਰੀ ਜਾਂਦੇ ਹਾਂ, ਦੇਖੀ ਜਾਂਦੇ ਹਾਂ ਕਿੱਧਰ ਨੂੰ ਕਿੱਧਰ ਨੂੰ ਜਾ ਹੋਣਾ, ਪਤਾ ਨਹੀਂ ਲੱਗਦਾ। ਬਾਹਰ ਆਪਾਂ ਲੋਕ ਸੰਗੀਤ ਮਿਊਜ਼ੀਅਮ ਸ਼ਾਪ ਸੁਨਾਰ ਕਿਲ੍ਹਾ ਸਭ ਸੁਨਾਰ कितने का है? 50 रुपए। हाँ हमारे तो हाँ 20 रुपए का मिलता है, इतना महंगा क्यों लगा रहे हो? एक ही लेट मिलेगी, नो आइस नो बोतल शुगर। ओली जूस आएगा फ्रेश है। पक्का? नींबू सोडा है, नींबू शरबत। कम करो थोड़ा सा रेट, तो कम करो। रेट कम नहीं होगा, रेट कम नहीं होगा, बना दे चल। तुम्हारी तो मशीन है बढ़िया है, सीधा बीच से काटो और निकालते जाओ। हैं पल्पी जूस ये? हाँ ये गिलास 50 रुपए का भाई ने दिया मेरे को। तो जी हुण आपां चक्कदे आं बुलट, तो राजे दा महल देख लिया आपां, तो हुण आपां बुलट दा वापस दे दिए 100 रुपए च, 2.5-3 लाख वाले बुलट देता आपां नूं सेल्फ स्टार्ट। हुण आपां उहदा वापस दे दिए टाइम नाल, कोई होर पैसे चार बट लूगा उह आई रब्बा हीट गर्म होई पई। आओ हो गया बात, हाँ हाँ चल गया काम।
वैसे किले के पहले गेट तक आ जाने अंदर या फिर लोकल गड्डिया जी उन्होंने आने देंदे होने होर रास्ते राही पर साड़ी गड्डी पिछे ही खड़ी सी काफ़ी तो उत्थे खुला गड्डिया की पार्किंग बनी हुई है उत्थे गड्डी सेफ भी रहती है खुली पार्किंग अगे तंग है पार्किंग उत्थे थोड़ा जा स्क्रैच स्क्रूच का डर हों पिछे ही खड़ाती थी जो बंदा पहली बार आता उन्होंने पता भी नहीं हों उस करके गड्डी पिछे ही ला के उतों फिर जे तुसी ये बाइक रेंट वाले थोनू गड्डी दे कोल जां तुसी होटल जा उत्थे भी बाइक प्रोवाइड कर देंगे ने उत्थे भी तुसी मंगा सकते हो मैं तो उदा आउंदे आउंदे ने सोचा भी चल कितें तुर के घूमांगे टाइम घट है तो आप मोटरसाइकिल बाइक लै ली सी इस तरह तुसी भी अपने होटल दे विच ही बाइक मंगा सकते हो होटल वालों नूं भी पता हुंदा वैसे तुसी सर्च मार लियो डिस्क्रिप्शन जां नंबर भी ला दूंगा इन्हां दा मैं इन्हां ते मंगाउणी इन्हां ते मंगा नहीं तां होर उत्थे बहुत सारियां दुकानां शॉप्स ने उह थोनू दे दिंदियां ने बाइक प्रोवाइड कर दिंदियां ने आह वाली दुकान तो लिया सी मैं मोटरसाइकिल हुण मैं गड्डी को जाना गड्डी को थोड़ा समान कढ़ना काले बाई ने इत्थे तक गड्डियां आ जांदियां प्राइवेट पिछे जानी खुली जगह गड्डियां लाउण नूं तो उत्थों आके भी तुसी थोड़ा दूर है तो हुण मैं बाइक लैके गड्डी को जाना समान देना काले बाई नूं कुछ अंदर गड्डी चों तो उस तो बाद फिर मैं आना वापस इन्हां नूं बाइक देना तो फिर देखदा मैं छड्डदे आ जां नहीं बाइक का रेंट घंटे का 300 रुपया इन्हें सोच लियो कि सारी दिहाड़ी का बाइक फिर घंटिया के हिसाब न पैंते ने पैसे एक गल कन्फर्म कर लियो फिर पहला कुछ कहते हैं बाद चो कुछ कहते हैं बदल जाते हैं मिनट जी पहला थोनू कह 300 रुपये बाइक जी पूरा कुल के घूम लो जिन्ना मर्जी घूम लो पर बाद स्लिप दिखाएंगे भी स्लिप से देखो जी की लिखा हुआ सो इस करके बाइक लैन तो पहला इन्हों सारा कन्फर्म कर लियो बाइक मैंने इनको दे दिया है ये इनका ऑफिस तो ये अभी लड़का मेरे को छोड़ने के लिए जा रहा है गाड़ी के पास तो अच्छा था लेकिन इससे अच्छा था पैदल ही चला जाता सी हुण चले जी डेजर्ट सफारी कुंद्रा कुलधरा पिंड फिर उस तो बाद जावांगे डेजर्ट कैंप राजपूताना ਸਾਨੂੰ ਉੱਥੋਂ ਭੇਜਿਆ ਪੈਕੇਜ ਦੇ ਕੇ ਹੁਣ ਦੇਖਦੇ ਹਾਂ ਕਿਹੋ ਜਿਹਾ ਰੰਗ ਲਾਉਂਦੇ ਨੇ ਪੈਕੇਜ ਦਾ ਇਹ ਇਹਦਨੋਂ ਤਾਂ ਨਾਂ ਲੈਂਦੇ ਤਾਂ ਵੀ ਠੀਕ ਤਾਂ ਪਰ ਲੈ ਲਿਆ ਚਲੋ ਇਹ ਵੀ ਠੀਕ ਹੈ ਦੇਖਦੇ ਹਾਂ ਹੁਣ ਕਿਵੇਂ ਹੁੰਦਾ ਉੱਥੇ ਕੀ ਹੁੰਦਾ ਕੀ ਨਹੀਂ ਦਿਖਾਉਂਦੇ ਹਾਂ ਤੁਹਾਨੂੰ ਜਾਂ ਰੋਡ ਆ ਦੇਖ ਲਓ ਕਿੱਦਾਂ ਰੋਡ ਤਾਂ ਵਧੀਆ ਨੇ ਆਲੇ ਦੁਆਲੇ ਗੋਲਡਨ ਸਿਟੀ ਦੀਆਂ ਅਤੇ ਹੁਣ ਲਾ ਦਿੰਦੇ ਆਪਾਂ ਟਾਈਮ ਲੈਪਸ ਸਿੱਧਾ ਉੱਥੇ ਜਾਣ ਦਾ ਕੁਲਦਰਾ ਗਾਉਂ ਦਾ ਤੁਹਾਨੂੰ ਟਾਈਮ ਵੀ ਵੇਸਟ ਹੋਊਗਾ ਤੁਹਾਡਾ सारे दोस्तों का बहुत बहुत धन्यवाद इस तरह अं घूमते घुमाते थोड़ा वीडियो बना के दिखाते रहेंगे जो वीडियो वधी लगी तो चैनल में प्लीज़ सबसक्राइब कर लियो तो बैल आइकन दब दियो ताजो थोड़ा अगली वीडियो की नोटिफिकेशन मिलती रहे तद तक लिए सारे का बहुत बहुत धन्यवाद सत श्री अकाल जी सारे।